ਹੁਣ ਹੋਲੈਂਡ ਆ ਜੌਂਡੀਅਰ ਆ ਉਹਨਾਂ ਦੀ ਆਪਦੀ ਸੈਟਿੰਗ ਆ ਉਹ ਯਾਰ ਬੇਵਕੂਫ ਆ। ਮੈਨੂੰ ਇਹ ਦਿਖਾ ਦਿਓ ਵੀ ਕਿਹੜੇ ਮਿਸਤਰੀ ਕੋਲ ਜਿਹੜਾ ਵੀ ਟਰਬੋ ਲਾਉਂਦਾ ਜਾਂ ਜਿਹੜਾ ਇੰਜਣਾਂ ਦੀ ਕਹਿੰਦਾ ਬਾਈ 75 ਪਾਵਰ ਕਰਦੀ, ਕਿਹਦੇ ਕੋਲ ਡਾਇਨਮੋਮੀਟਰ ਲੱਗਿਆ ਹੋਇਆ ਬਾਈ ਹੁਣੀ ਲਾਈ ਜਾਂਦੇ ਹਨਾ ਟਰਬੋ ਲਾ ਕੇ ਬਾਈ ਇਹ 75 ਪਾਵਰ ਕਰਤਾ ਜੀ ਆਪਾਂ ਐਂ ਜਾਂ ਉੱਤੇ ਥਾਪੀਆਂ ਮਾਰੀ ਜਾਂਦੇ ਆ ਹਨਾ। ਉਹ ਠੀਕ ਆ ਬਾਈ ਇੰਜਣ ਠੀਕ ਆ ਤੁਹਾਡਾ, ਅੱਜ ਟੌਰ ਇਹਦੀ ਬਹੁਤ ਆ, ਤੁਸੀਂ ਇਹ ਦੇਖੋ ਬਿਨਾਂ ਟਰਬੋ ਵਾਲਾ ਇੰਜਣ ਜਾਂ ਜਿਹੜਾ ਕੰਪਨੀ ਦੀ ਸੈਟਿੰਗ ਟਰਬੋ ਵਾਲਾ ਇੰਜਣ ਤੁਸੀਂ ਉਹਦੀ ਮਤਲਬ ਮਨਿਆਦ ਵੇਖਿਓ, ਅਤੇ ਜਿਹੜੇ ਹੁਣ ਟਰਬੋ ਲਾਏ ਜਾਂ ਮੋਡੀਫਾਈ ਕੀਤੇ ਹੋਏ ਤੁਸੀਂ ਉਹਨਾਂ ਦੀ ਮਨਿਆਦ ਵੇਖਿਓ, ਇੰਜਣ ਹੰਢਦੇ ਕਿੰਨੇ ਕੁ ਜਾਂ ਤੁਹਾਡੇ ਗੇਅਰ ਕਿੰਨੇ ਕੁ ਹੰਢਦੇ ਆ, ਇਹ ਰਿਜ਼ਲਟ ਆਊਗਾ ਲਾਜ਼ਮੀ ਆਊਗਾ, ਇਹ ਤੁਸੀਂ ਅੱਜ ਨਹੀਂ ਹੈਗਾ, ਤੁਸੀਂ ਆਉਣ ਵਾਲੇ ਸਾਲਾਂ 'ਚ ਵੇਖਿਓ। ਟਰਬੋ ਦੀ ਸ਼ੁਰੂਆਤ ਹੋਈ ਇੰਜਣ ਦੀ ਪਾਵਰ ਵਧਾਉਣ ਨੂੰ ਨਹੀਂ ਸੀ ਹੋਈ, ਟਰਬੋ ਦੀ ਸ਼ੁਰੂਆਤ ਹੋਈ ਇੰਜਣ ਦੀ ਆਕਸੀਜਨ ਨੂੰ ਰੈਗੂਲੇਟ ਕਰਨਾ, ਉਹਨੂੰ ਮਤਲਬ ਉਸ ਉਹਦੀ ਡੈਂਸਿਟੀ ਨੂੰ ਰੈਗੂਲੇਟ, ਉਹਨੂੰ ਰੈਗੂਲਰ ਰੱਖਣਾ। ਅੱਛਾ ਬਾਈ ਇੱਕ ਹੋਰ ਚੀਜ਼ ਪੁੱਛਣੀ ਆ, ਟਰਬੋ ਦੀ ਥਿਊਰੀ ਚੱਲਦੀ ਹੈ ਜਿਵੇਂ ਆਪਾਂ ਲਾਉਂਦੇ ਵੀ ਮੈਂ ਵੀ ਲਿਆਂਦਾ ਨਵਾਂ ਲਿਆਂਦਾ ਸਹੀ ਇਹ ਤਾਂ ਮੋਡੀਫਿਕੇਸ਼ਨ ਕਰਾਉਣੀ ਵੀ ਬਸ ਐਂ ਵੀ ਗੇਅਰ ਪਾਈਏ ਤਾਂ ਮੂਹਰੋਂ ਉੱਠੇ ਅਤੇ ਵੀ ਹਾਂ ਵੀ ਸਲਿੱਪ ਕੱਢ ਕੇ ਜਾ ਵੀ ਹਾਂ ਬੱਲੇ ਬੱਲੇ ਵੀ ਇਹਦੇ ਵਾਲਾ ਟਰੈਕਟਰ ਤਾਂ ਆ ਗਿਆ ਸਹੀ ਹੈ। ਇਹ ਕਹਿ ਦਿੰਦੇ ਵੀ ਜ਼ਿਆਦਾ ਟਰਬੋ ਜ਼ੋਰ ਲਾਉਂਦੀ ਆ, ਕੋਈ ਮੋਡੀਫਿਕੇਸ਼ਨ ਕਰ ਦਿੰਦੇ ਆ, ਨਵੀਂ ਚੀਜ਼ ਆ ਕੰਪਨੀ ਭੇਜਦੀ ਆ, ਫਿਰ ਕੰਪਨੀ ਬਣਾ ਦੇ ਵੀ ਆਪਾਂ ਕਿਉਂ ਕਰ ਰਹੇ ਹਾਂ ਜਾਂ ਟਰਬੋ ਕਿਉਂ ਲਗਾਉਣੀ ਜ਼ਰੂਰੀ ਸਹੀ ਹੈ ਉਹ ਮਾੜਾ ਅਸਲ ਦੇ ਵਿੱਚ ਨਾ ਟਰਬੋ ਦੀ ਜਿਹੜੀ ਬੇਸਿਕ ਥਿਊਰੀ ਆ ਉਹ ਹੈਗੀ ਆ ਆਕਸੀਜਨ ਦੀ ਡੈਂਸਿਟੀ ਨੂੰ ਰੈਗੂਲੇਟ ਕਰਨਾ, ਡੈਂਸਿਟੀ ਕਹਿੰਦੇ ਘਣਤਾ ਨੂੰ, ਜਿਵੇਂ ਇੱਕ ਸਕੇਅਰ ਸੈਂਟੀਮੀਟਰ ਦੇ ਵਿੱਚ ਕਿੰਨੀ ਹਵਾ ਸਮਾਉਂਦੀ ਆ, ਉਸ ਚੀਜ਼ ਜਿਹੜੀ ਸੀਸੀ ਇੰਜਣਾਂ ਦੀ ਕੱਢਦੇ ਆ ਨਾ ਵੀ ਇੰਨੇ ਸੀਸੀ ਦਾ ਇੰਜਣ ਆ, ਉਹ ਮਤਲਬ ਚਾਰਾਂ ਪਿਸਟਨਾਂ ਦੇ ਵਿੱਚ ਜਦੋਂ ਪਿਸਟਨ ਥੱਲੇ ਚੱਲਿਆ ਜਾਂਦਾ ਅਤੇ ਉਹਦੇ ਵਿੱਚ ਜਿਹੜਾ ਸਲੀਵ ਦੇ ਵਿੱਚ ਜਗ੍ਹਾ ਬਚਦੀ ਉਹਦੇ ਵਿੱਚ ਕਿੰਨੀ ਆਕਸੀਜਨ ਕਿੰਨੀ ਹਵਾ ਖਿੱਚਦਾ ਉਹ ਡੈਂਸਿਟੀ ਆ ਸੀਸੀ ਹੈ ਨਾ। ਹਾਂ ਕਿਊਬਿਕ ਕੈਪੈਸਿਟੀ ਆਪਣੇ ਤੁਸੀਂ ਡਾਕਟਰ ਸੁਣੇ ਹੋਣਗੇ, ਉਹ ਕਹਿੰਦੇ ਐੱਮ ਐੱਲ ਵੀ ਕਹਿੰਦੇ ਆ ਅਤੇ ਉਹ ਕਹਿੰਦੇ 2 ਸੀਸੀ ਟੀਕਾ ਲਾ ਦਿਓ ਉਹਦੇ, ਸੀਸੀ ਵੀ ਬੋਲਦੇ ਆ। ਹਾਂ ਉਹ ਕਿਊਬਿਕ ਕੈਪੈਸਿਟੀ ਹੈ ਨਾ, ਕਿਊਬ ਮਤਲਬ ਸਕੇਅਰ ਕਿਊਬ ਜਿਵੇਂ ਆਪਣੇ ਹਾਂ ਚਾਰ ਚਾਰ ਅੱਠ ਕੋਨੇ ਚਾਰ ਐਂ ਕਹਿ ਲਓ ਅਤੇ ਚਾਰ ਐਂ ਅੱਠ ਕੋਨੇ ਵਾਲੀ ਇੱਕ ਚੀਜ਼ ਇੱਕ ਟਿੱਕੀ ਹੈ ਨਾ, ਹਾਂ ਉਹਨੂੰ ਕਹਿ ਲਓ ਵੀ ਉਹਨੂੰ ਸੀਸੀ ਬੋਲਦੇ ਆ, ਕਿਊਬਿਕ ਕੈਪੈਸਿਟੀ ਬੋਲਦੇ ਆ ਇੰਜਣਾਂ ਦੀ। ਟਰਬੋ ਕੀ ਕਰਦਾ, ਟਰਬੋ ਉਸੇ ਇੰਜਣ ਨੂੰ ਅਸਲ ਦੇ ਵਿੱਚ ਟਰਬੋ ਦੀ ਸ਼ੁਰੂਆਤ ਹੋਈ ਇੰਜਣ ਦੀ ਪਾਵਰ ਵਧਾਉਣ ਨੂੰ ਨਹੀਂ ਸੀ ਹੋਈ, ਟਰਬੋ ਦੀ ਸ਼ੁਰੂਆਤ ਹੋਈ ਇੰਜਣ ਦੀ ਆਕਸੀਜਨ ਨੂੰ ਰੈਗੂਲੇਟ ਕਰਨਾ, ਉਹਨੂੰ ਮਤਲਬ ਉਸ ਉਹਦੀ ਡੈਂਸਿਟੀ ਨੂੰ ਰੈਗੂਲੇਟ, ਉਹਨੂੰ ਰੈਗੂਲਰ ਰੱਖਣਾ, ਮਤਲਬ ਆਕਸੀਜਨ ਦੀ ਡੈਂਸਿਟੀ, ਕਿਉਂਕਿ ਕੋਈ ਵੀ ਹਵਾ ਜਦੋਂ ਗਰਮ ਹੁੰਦੀ ਆ ਉਹ ਫੈਲਦੀ ਆ ਅਤੇ ਉਸੇ ਚੀਜ਼ ਨੂੰ ਵੀ ਉਹ ਹਵਾ ਜ਼ਿਆਦਾ ਸਮਾਵੇ ਪਿਸਟਨਾਂ ਦੇ ਵਿੱਚ। ਉਹ ਚੱਕਰ ਸੀਗਾ ਐਮਿਸ਼ਨ ਕੰਟਰੋਲ ਦਾ, ਐਮਿਸ਼ਨ ਅੱਜ ਵੀ ਰੌਲਾ ਪਈ ਜਾਂਦਾ ਹਨਾ, ਐਮਿਸ਼ਨ ਦਾ ਹੁਣ ਟਰੈਕਟਰ CRDI ਆ ਗਏ, ਕਾਮਨ ਰੇਲ ਇੰਜਣ ਆਉਣ ਲੱਗ ਗਏ, ਅਤੇ ਉਹ ਚੀਜ਼ ਨੂੰ ਰੈਗੂਲੇਟ ਕਰਨ ਦੇ ਲਈ ਟਰਬੋ ਦੀ ਕਾਢ ਨਿਕਲੀ ਵੀ ਇਹਦੇ ਵਿੱਚ ਜਿੰਨੀ ਹਵਾ ਆਪ ਪਿਸਟਨ ਖਿੱਚਦਾ ਟਰਬੋ ਉਦੋਂ ਜ਼ਿਆਦਾ ਧੱਕ ਦੇਵੇ ਇਹਦੇ ਵਿੱਚ ਹਵਾ, ਜਿੰਨੀ ਹਵਾ ਜਿੰਨੀ ਆਕਸੀਜਨ ਜ਼ਿਆਦਾ ਹੋਊਗੀ ਉਨੀ ਅੱਗ ਜ਼ਿਆਦਾ ਲੱਗੂ ਤੇਲ ਨੂੰ, ਜਿੰਨਾ ਤੇਲ ਜਾਊਗਾ ਵਿੱਚ ਉਹ ਅਣਮੱਚਿਆ ਨਿਕਲਦਾ ਸੀ, ਧੂੰਆਂ ਆਉਂਦਾ ਸੀ ਬਾਹਰ ਅਤੇ ਉਹ ਮਤਲਬ ਵਾਤਾਵਰਨ ਲਈ ਹਾਨੀਕਾਰਕ ਨਾ, ਪੋਲਿਊਸ਼ਨ ਆ ਬਿਲਕੁਲ। ਉਹ ਚੀਜ਼ ਨੂੰ ਐਮਿਸ਼ਨ ਨੂੰ ਸੈੱਟ ਕਰਨ ਦੇ ਲਈ ਟਰਬੋ ਦੀ ਕਾਢ ਨਿਕਲੀ, ਟਰਬੋ ਨੇ ਕੀ ਕੀਤਾ ਜਿੰਨੀ ਹਵਾ ਉਹਨੇ ਆਪ ਖਿੱਚੀ ਉਦੋਂ ਜ਼ਿਆਦਾ ਹਵਾ ਧੱਕੀ, ਠੀਕ ਆ, ਉਹਦੇ ਵਿੱਚ ਜ਼ਿਆਦਾ ਹਵਾ ਵਿੱਚ ਆਕਸੀਜਨ ਜ਼ਿਆਦਾ ਗਈ, ਜਿੰਨਾ ਤੇਲ ਦਾ ਛਿੜਕਾਅ ਹੋਇਆ ਸੀਗਾ ਉਹਦੇ ਵਿੱਚ ਹੁਣ ਆਕਸੀਜਨ ਜ਼ਿਆਦਾ ਆ, ਉਨਾ ਜ਼ਿਆਦਾ ਧਮਾਕਾ ਹੋਇਆ, ਧਮਾਕਾ ਜ਼ਿਆਦਾ ਹੋਇਆ ਅਤੇ ਉਹ ਜਿੰਨੇ ਪਾਰਟੀਕਲ ਸੀਗੇ ਉਹ ਤਕਰੀਬਨ ਮੱਚ ਗਏ, ਠੀਕ ਆ, ਉਹਦੇ ਵਿੱਚ ਧੂੰਆਂ ਆਉਣ ਦੀ ਗੁੰਜਾਇਸ਼ ਨਹੀਂ ਰਹੀ, ਪਾਵਰ ਨਾ ਫੈਲੇ, ਹਾਂ ਉਨੀ ਜ਼ਿਆਦਾ ਜਿੰਨੀ ਛੇਤੀ ਜਿੰਨਾ ਧਮਾਕਾ ਹੋਊ ਉਨਾ ਜ਼ਿਆਦਾ ਪਿਸਟਨ ਥੱਲੇ ਨੂੰ ਮੁੜੂਗਾ ਅਤੇ ਉਨੀ ਛੇਤੀ ਕਰੈਂਕ ਨੂੰ ਗੇੜਾ ਆਊ ਅਤੇ ਵੀਲ ਗਿੜੂ ਅਤੇ ਗਾਂਹ ਸਾਰਾ ਸਿਸਟਮ ਗਿੜੂਗਾ ਉਹਦੇ ਨਾਲ, ਠੀਕ ਆ ਨਾ। ਇਹ ਅਸਲ ਦੇ ਵਿੱਚ ਇਹ ਥਿਊਰੀ ਆ,
ਦੋ ਤਰ੍ਹਾਂ ਆਉਂਦੀਆਂ, ਇੱਕ ਤਾਂ ਟਰਬੋ ਚਾਰਜਰ, ਇੱਕ ਸੁਪਰ ਚਾਰਜਰ ਆਉਂਦੇ ਕਾਰਾਂ ਨੂੰ। ਟਰਬੋ ਚਾਰਜਰ ਮੈਂ ਸਵਰਾਜ ਦੇ ਵੇਖੀ ਸੀ ਬਾਈ, ਜਿਵੇਂ 855 ਦੇ ਵਿੱਚ ਆਈ ਸੀ, ਇਹਦੇ 'ਚ ਲੱਗੀ ਹੋਈ ਸੀ ਏਅਰ ਕਲੀਨਰ 'ਚ, ਸਾਈਡਲੀ ਸਾਈਡ ਹੁੰਦਾ ਨਾ, ਸਹੀ ਉਹ ਘੁੰਮਦੀ ਹੁੰਦੀ ਹੈ ਜਿਹੜੀ, ਉਹਦੇ 'ਚ ਏਅਰ ਕਲੀਨਰ 'ਚ ਆਵਾਜ਼। ਅੱਛਾ, ਨਹੀਂ ਉਹ ਇੱਕ ਵੱਖਰੀ ਸੀ, ਉਹਦਾ ਇੱਕ ਤਰ੍ਹਾਂ ਦਾ ਫਿਲਟਰ ਹੀ ਹੈ ਜਿਹੜਾ ਘੁੰਮਣ ਵਾਲਾ। ਟਰਬੋ ਚਾਰਜਰ ਆਪਾਂ ਮਤਲਬ ਟਰਬੋ ਨੂੰ ਹੀ ਕਹਿ ਦਿੰਦੇ ਹਾਂ, ਆਪਾਂ ਸਿੱਧੇ ਭਾਸ਼ਾ ਦੇ ਵਿੱਚ ਟਰਬੋ ਬੋਲਦੇ ਹਾਂ, ਅਸਲ 'ਚ ਟਰਬੋ ਚਾਰਜਰ ਆ ਜਿਹੜਾ ਇੰਜਣ ਨੂੰ ਮਤਲਬ ਚਾਰਜ ਕਰਦਾ ਇੱਕ ਤਰ੍ਹਾਂ ਨਾਲ, ਠੀਕ ਹੈ, ਉਹ ਜ਼ਿਆਦਾ ਆਕਸੀਜਨ ਇਹਦੇ ਵਿੱਚ ਦਿੰਦਾ। ਅਤੇ ਉਦੋਂ ਬਾਅਦ ਹੁਣ ਤੁਸੀਂ ਕਈ ਇੰਜਣਾਂ ਨੂੰ ਦੇਖਿਆ ਹੋਊ, ਕਈਆਂ ਨੂੰ ਇਕੱਲਾ ਹੀ ਟਰਬੋ ਲੱਗਿਆ ਹੋਇਆ, ਕਈਆਂ ਨੂੰ ਨਾਲ ਇੰਟਰਕੂਲਰ ਵੀ ਲੱਗਿਆ ਹੋਇਆ। ਅੱਛਾ ਬਾਈ, ਹੁਣ ਇਹਦੀ ਵੀ ਥਿਊਰੀ ਹੈ, ਜੇ ਟਰਬੋ ਦੀ ਤੁਹਾਡੀ ਜਿਵੇਂ ਜੇ ਵੱਡਾ ਲੱਗ ਗਿਆ ਟਰਬੋ, ਤਾਂ ਉਹਦੇ ਗੇੜੇ ਨਹੀਂ, ਉਹਦੀ ਥਰਸਟ ਨਹੀਂ ਪੂਰੀ ਹੋਣੀ ਜੀ। ਥਰਸਟ ਕਹਿੰਦੇ ਜਿਵੇਂ ਜਹਾਜ਼ ਦਾ ਇੰਜਣ ਨਾ, ਉਹ ਟਰਬਾਈਨ ਇੰਜਣ, ਟਰਬੋ ਦੀ ਥਿਊਰੀ ਉੱਥੋਂ ਹੀ ਨਿਕਲੀ ਆ, ਠੀਕ ਹੈ ਬਾਈ। ਉਹਦੇ ਵਿੱਚ ਜਦੋਂ ਤੁਸੀਂ ਉਹ ਜਿੰਨੀ ਹਵਾ ਮੂਹਰਿਓਂ ਖਿੱਚਦਾ, ਉਦੋਂ 15 ਗੁਣਾ ਕਰਕੇ ਪਿੱਛੇ ਨੂੰ ਛੱਡਦਾ ਜਹਾਜ਼ ਦਾ ਇੰਜਣ, ਉਵੇਂ ਟਰਬੋ ਦੀ ਥਿਊਰੀ ਆ। ਇਹ ਇੱਧਰੋਂ ਜਦੋਂ ਐਗਜ਼ੌਸਟ ਵਾਲੀ ਹਵਾ ਇਹਦੇ 'ਤੇ ਆ ਕੇ ਪੈਂਦੀ ਆ, ਇਹ ਉੱਧਰੋਂ ਹਵਾ ਖਿੱਚ ਕੇ ਉਹਨੂੰ ਵਿੱਚ ਧੱਕਦਾ ਸਲੀਬਾਂ ਦੇ, ਠੀਕ ਹੈ ਬਾਈ, ਅਤੇ ਉਹਦੇ ਨਾਲ ਆਕਸੀਜਨ ਜ਼ਿਆਦਾ ਆ ਜਾਂਦੀ ਆ, ਅਤੇ ਉਹਦੇ ਨਾਲ ਉਨਾ ਜ਼ਿਆਦਾ ਉਹ ਜਿਹੜਾ ਈਂਧਨ ਆਪਾਂ ਕਹਿ ਦਿੰਦੇ ਫਿਊਲ ਕਹਿ ਦਿੰਦੇ, ਉਨਾ ਜ਼ਿਆਦਾ ਮੱਚਦਾ। ਉਹਦੇ ਨਾਲ ਇੰਜਣ ਦੀ ਪਾਵਰ, ਕੰਪਨੀਆਂ ਨੇ ਇੰਜਣ ਦੀ ਪਾਵਰ ਵਧਾਉਣ ਨੂੰ ਟਰਬੋ ਨਹੀਂ ਸੀ ਲਾਇਆ, ਕੰਪਨੀਆਂ ਨੇ ਇਮਿਸ਼ਨ ਨੂੰ ਰੈਗੂਲਰ ਮਤਲਬ ਇਮਿਸ਼ਨ ਸੈੱਟ ਕਰਨ ਦੇ ਲਈ, ਪੋਲਿਊਸ਼ਨ ਘਟਾਉਣ ਦੇ ਲਈ ਟਰਬੋ ਦੀ ਕਾਢ ਕੱਢੀ, ਮਤਲਬ ਉਹਦੇ ਨਾਲ ਜ਼ਿਆਦਾ। ਹੁਣ ਤੁਸੀਂ ਆ ਨਵੀਂ ਥਿਊਰੀ ਆ, ਪੱਠੇ ਤੁਸੀਂ ਦੇਖੇ ਆ ਹੁਣ ਇੱਟਾਂ ਵਾਲੇ, ਉੱਥੇ ਕੀ ਲੱਗਿਆ ਹੁਣ, ਮੋਟਰਾਂ ਲੱਗੀਆਂ ਨਾ, ਮੋਟਰਾਂ ਲਾ ਕੇ ਉਹਨਾਂ ਨੇ ਪੱਖੇ ਲਾ ਦੇ, ਕਿਉਂ, ਕਿਉਂਕਿ ਕੋਲਾ ਅੱਗੇ ਪੂਰਾ ਨਹੀਂ ਸੀ ਮੱਚਦਾ, ਧੂੰਆਂ ਜ਼ਿਆਦਾ ਨਿਕਲਦਾ ਸੀ ਚਿਮਨੀਆਂ ਦੇ ਵਿੱਚ। ਹਾਂ, ਜ਼ਿਆਦਾ ਮਤਲਬ ਸਹੀ, ਹੁਣ ਕੀ ਹੁੰਦਾ, ਹੁਣ ਕੋਲਾ ਘੱਟ ਮੱਚਦਾ, ਅਤੇ ਉਹ ਜਿਹੜਾ ਉਹ ਟਰਬਾਈਨ ਇੱਕ ਲਾਈ ਹੋਈ ਉਹਨਾਂ ਦੀ ਮੋਟਰ ਦੇ ਨਾਲ, ਉਹਦੇ ਨਾਲ ਉਹ ਕੋਲਾ ਜ਼ਿਆਦਾ ਮੱਚਦਾ, ਉਹਦਾ ਸੇਕ ਜ਼ਿਆਦਾ ਹੁੰਦਾ, ਅਤੇ ਉਹਦੇ ਨਾਲ ਇੱਟਾਂ ਪੱਕੀ ਜਾਂਦੀਆਂ, ਪੱਕੀ ਜਾਂਦੀਆਂ। ਇਹੀ ਸਹੀ ਹੈ ਨਾ, ਇਹੀ ਥਿਊਰੀ ਇੱਥੇ ਆ, ਮਤਲਬ ਉਹ ਜਿਹੜਾ ਇਹਦੇ ਵਿੱਚ ਤੇਲ ਜਾਂਦਾ, ਜਿੰਨਾ ਜਾਂਦਾ, ਕੰਪਨੀ ਦਾ ਮੰਨ ਲਓ ਤੁਸੀਂ 50 ਪਾਵਰ ਦਾ ਇੰਜਣ, ਉਹ ਸੇਮ 50 ਪਾਵਰ ਮੁੜ ਕੇ ਟਰਬੋ ਦੇ ਵਿੱਚ ਆ ਗਿਆ, ਪਰ ਹੁਣ ਉਹਦੇ ਵਿੱਚ ਇੰਜਣ ਦੀ ਪਾਵਰ 50 ਨਹੀਂ ਹੈਗੀ। ਅੱਛਾ, ਉਹਦੇ ਵਿੱਚ ਇੰਜਣ ਦਾ ਤੇਲ ਜਿਹੜਾ ਜਿੰਨਾ ਫਿਊਲ ਪਹਿਲਾਂ ਜਾਂਦਾ ਸੀ ਪਿਸਟਲਾਂ ਦੇ ਉੱਪਰ, ਉਨਾ ਨਹੀਂ ਜਾਂਦਾ ਹੈਗਾ, ਠੀਕ ਹੈ, ਉਦੋਂ ਘੱਟ ਜਾਂਦਾ। ਅਤੇ ਟਰਬੋ ਨੇ ਕੀ ਕੀਤਾ, ਟਰਬੋ ਨੇ ਉਹ ਘੱਟ ਫਿਊਲ ਦੇ ਨਾਲ ਵੀ ਪਾਵਰ ਉਹਦੀ 50 ਪੂਰੀ ਕਰਤੀ, ਨਾਲੇ ਤਾਂ ਉਹਦੇ ਨਾਲ ਧੂੰਆਂ ਘੱਟ ਗਿਆ। ਮਤਲਬ ਵੀ ਹੁਣ ਹਾਲੈਂਡ ਦੀ ਗੱਲ ਕਰ ਲਾ, ਹਾਲੈਂਡ ਦੇ ਕੁਛ ਮਾਡਲ ਆਉਂਦੇ ਜਿਹਨਾਂ ਦਾ ਟਰਬੋ ਨਹੀਂ ਆਉਂਦੀ, ਜਾਂ ਜੌਂਡੀਅਰ ਦੇ ਵੀ ਆਉਂਦਾ, ਇੱਕ ਬਜਾਜ ਟਰਬੋ ਵੀ ਸਪੈਸ਼ਲ ਐਡੀਸ਼ਨ ਕਹਿ ਦਿੰਦੇ ਆ, ਵੀ ਸੇਮ ਹੀ ਇੰਜਣ ਆ ਬਾਈ, ਬਿਲਕੁਲ ਸੇਮ, ਵੀ ਉਸੇ ਜੇ ਪਾਵਰ ਫਿਰ ਉਹਨਾਂ ਟਰਬੋ ਦੇਣ ਦੀ ਵੀ ਚੱਕਰ ਕਿਉਂ, ਲੋੜ ਕੀ ਪੈ ਗਈ, ਜਾਂ ਕੋਈ ਵੈਸੇ ਉਹਨਾਂ ਦਾ ਕੋਈ ਬਣਾਉਣ ਦੀ ਕੋਈ, ਇੰਜਣ ਦਾ ਟੋਰਕ ਵੱਧਦਾ ਨਾ ਇਹਦੇ ਨਾਲ ਟਰਬੋ ਨਾਲ। ਅੱਛਾ, ਇੰਜਣ ਦਾ ਟੋਰਕ ਵੱਧ ਜਾਂਦਾ, ਜਿਵੇਂ ਹੁਣ ਤੁਸੀਂ ਮੰਨ ਲਓ ਤੁਹਾਡੀ ਮਰਜ਼ੀ ਆ ਤੁਸੀਂ ਟਰਬੋ ਲੈਣਾ ਕਿ ਨਹੀਂ ਲੈਣਾ। ਅੱਗੇ ਜਿਵੇਂ ਨਾ ਦੋ ਉਹ ਮਿਸਕਨਸੈਪਸ਼ਨਸ ਕਹਿ ਦਿੰਦੇ, ਗਲਤ ਧਾਰਨਾਵਾਂ ਹਨ, ਹਾਂ ਬਾਈ, ਉਹ ਦੋ ਬਣੀਆਂ ਹੋਈਆਂ ਸੀ। ਇੱਕ ਕਹਿੰਦੇ ਸੀ ਟਰਬੋ, ਕਿਉਂਕਿ ਪਹਿਲਾਂ ਕੰਪਨੀਆਂ ਦਾ ਇੱਕ ਸਟicker ਲੱਗਿਆ ਹੁੰਦਾ ਵਿੱਚ, ਜਦੋਂ ਤੁਸੀਂ ਇੰਜਣ ਸਟਾਰਟ ਕਰਨਾ ਅਤੇ ਜਦੋਂ ਤੁਸੀਂ ਬੰਦ ਕਰਨਾ, ਸਟਾਰਟ ਕਰਨ ਤੋਂ ਬਾਅਦ ਇਹਨੂੰ 2 ਮਿੰਟ ਆਈਡਲ 'ਤੇ ਰੱਖੋ, ਠੀਕ ਹੈ, ਆਈਡਲ ਨਹੀਂ ਚੱਲੀ ਜਾਣ, ਤੁਸੀਂ ਰੇਸ ਨਹੀਂ ਦੇਣੀ ਵੀ ਟਰਬੋ ਘੁੰਮੇ ਨਾ ਉਹਨਾਂ ਜਾ, ਠੀਕ ਹੈ, ਜਾਂ ਉਹ ਆਪਦੀ ਪ੍ਰੋਪਰ ਜਿੰਨੀ ਉਹਦੀ ਸਪੀਡ ਹੁੰਦੀ ਉਹ 'ਤੇ ਨਾ ਆਵੇ। ਹਾਂ ਬਈ, ਉੱਧਰ ਬੰਦ ਕਰਨ ਤੋਂ ਪਹਿਲਾਂ ਉਵੇਂ 2 ਮਿੰਟ ਤੁਸੀਂ ਫਿਰ ਰੱਖਣਾ ਉਹਨੂੰ ਰੋਕ ਕੇ, ਆਈਡਲ 'ਤੇ ਚੱਲੀ ਜਾਣ ਦੇਣਾ, ਫਿਰ ਬੰਦ ਕਰਨਾ। ਇਹਦੀ ਥਿਊਰੀ ਇਹ ਸੀਗੀ ਬਈ, ਤੁਸੀਂ ਜਿਹੜਾ ਟਰਬੋ ਨੂੰ ਤੇਲ ਜਾਂਦਾ, ਤੇਲ ਦੀ ਸਪਲਾਈ, ਕਿਉਂਕਿ ਟਰਬੋ 'ਚ ਬਹੁਤ ਸ਼ਾ ਬੈਰਿੰਗ ਨਹੀਂ ਹੈਗੇ, ਬੈਰਿੰਗ ਦੀ ਇੰਨੀ ਕਪੈਸਿਟੀ ਕੋਈ ਹੈ ਨਹੀਂ ਵੀ ਇੰਨੇ ਚੱਕਰਾਂ ਤੱਕ ਉਹ ਚੱਲ ਸਕੇ, ਠੀਕ ਹੈ। ਜਿਹੜਾ ਉਹ ਬੁਸ਼ ਨੂੰ ਤੇਲ ਜਾਂਦਾ, ਉਹਦੇ ਕਰਕੇ ਰਾਡ 'ਤੇ ਬੁਸ਼ ਦਾ ਜਿਹੜੀ ਫਰੈਕਸ਼ਨ ਆ ਉਹ ਨਹੀਂ ਹੁੰਦੀ। ਜੇ ਉਹ ਮੰਨ ਲਓ ਤੁਸੀਂ ਸਟਾਰਟ ਕਰਕੇ ਦਵਾ ਰੇਸ ਦੇ ਦੀ, ਤੇਲ ਉਹਦੇ ਤੱਕ ਪਹੁੰਚਿਆ ਨਹੀਂਗਾ ਜਿਹੜਾ ਇੰਜਣ ਆਇਲ ਆ, ਤਾਂ ਉਹਨੂੰ ਰਗੜਾ ਵੱਜੂਗਾ, ਸੇਮ ਹੀ ਉਵੇਂ ਸੀਗਾ। ਪਰ ਹੁਣ ਤਕਨੀਕ ਥੋੜ੍ਹੀ ਚੇਂਜ ਹੋ ਗਈ, ਬੁਸ਼ਾਂ ਦੀਆਂ ਕੁਆਲਿਟੀਆਂ ਚੇਂਜ ਹੋ ਗਈਆਂ, ਹੁਣ ਉਹ ਸਟicker ਲੱਗਿਆ ਨਹੀਂ ਆਉਂਦਾ, ਨਹੀਂ ਆਉਂਦਾ, ਠੀਕ ਹੈ। ਉਸੇ ਥਿਊਰੀ ਦੇ ਨਾਲ ਹੀ ਇਹ ਸਾਰਾ ਸਿਸਟਮ ਚੱਲਦਾ। ਜੇ ਹੁਣ ਤੁਸੀਂ ਕਹਿ ਦਿਓ ਵੀ ਤੁਸੀਂ ਟਰਬੋ ਲਾ ਦਾ, ਜਾਂ ਹੁਣ ਜਿਵੇਂ ਬਾਈ ਹੁਣੀ ਲਾਈ ਜਾਂਦੇ ਹੈ ਨਾ, ਟਰਬੋ ਲਾ ਕੇ ਬਾਈ ਇਹ 75 ਪਾਵਰ ਕਰਤਾ ਜੀ, ਆਪਾਂ ਆਏ ਜਾਂ ਉੱਤੇ ਥਾਪੀਆਂ ਮਾਰੀ ਜਾਂਦੇ ਆ, ਹੈ ਨਾ,
ਉਹ ਠੀਕ ਆ ਬਾਈ ਇੰਜਣ ਠੀਕ ਆ ਤੁਹਾਡਾ, ਅੱਜ ਅੱਜ ਟੋਰ ਇਹਦੀ ਬਹੁਤ ਆ, ਤੁਸੀਂ ਇਹ ਦੇਖੋ ਬਿਨਾਂ ਟਰਬੋ ਵਾਲਾ ਇੰਜਣ ਜਾਂ ਜਿਹੜਾ ਕੰਪਨੀ ਦੀ ਸੈਟਿੰਗ ਟਰਬੋ ਵਾਲਾ ਇੰਜਣ ਤੁਸੀਂ ਉਹਦੀ ਮਤਲਬ ਮਨਿਆਦ ਵੇਖਿਓ, ਅਤੇ ਜਿਹੜੇ ਹੁਣ ਟਰਬੋ ਲਾਏ ਜਾਂ ਮੋਡੀਫਾਈ ਕੀਤੇ ਹੋਏ ਤੁਸੀਂ ਉਹਨਾਂ ਦੀ ਮਨਿਆਦ ਵੇਖਿਓ, ਇੰਜਣ ਹੰਢਦੇ ਕਿੰਨੇ ਕੁ ਜਾਂ ਤੁਹਾਡੇ ਗੇਅਰ ਕਿੰਨੇ ਕੁ ਹੰਢਦੇ ਆ, ਇਹ ਰਿਜ਼ਲਟ ਆਊਗਾ ਲਾਜ਼ਮੀ ਆਊਗਾ, ਇਹ ਤੁਸੀਂ ਅੱਜ ਨਹੀਂ ਹੈਗਾ, ਤੁਸੀਂ ਆਉਣ ਵਾਲੇ ਸਾਲਾਂ 'ਚ ਵੇਖਿਓ ਆਊਗਾ, ਹਾਂ ਆਊਗਾ, ਤੁਸੀਂ ਇੰਜਣ ਪਿੱਛੋਂ ਗੇਅਰ ਖੜ ਗੇਅਰ ਤਾਂ ਬਈ ਖੜਕੂਗੇ ਖੜਕੂ ਲਾਜ਼ਮੀ, ਮੰਨ ਕੇ ਮਾੜੀ ਜਿਹੀ ਇੰਜਣ 'ਚ ਦਿੱਕਤ ਆ ਗਈ ਡਾਊਨ ਹੋ ਗਿਆ, ਹਾਂ ਹਾਂ ਫਿਰ ਇੱਕਦਮ ਹੀ ਬਹਿ ਜਾਣਾ, ਬਹਿ ਜੂਗਾ ਬਈ, ਹਾਂ ਟਰਬੋ ਦਾ ਕਿਉਂਕਿ ਸਿਸਟਮ ਇਹ ਜਦੋਂ ਵੀ ਮਾੜੇ ਜਿਹੇ ਵੀ ਰਿੰਗ ਡਾਊਨ ਹੋ ਗਏ ਹਵਾ ਲੀਕ ਹੋਣ ਲੱਗ ਗਈ ਤਾਂ ਬਲੋ ਵਾਲੇ ਹਨੇਰੀਆਂ ਲਿਆ ਦਿੰਦਾ ਇਹ, ਤੁਸੀਂ ਟਰਬੋ ਦੀ ਕਿਤੇ ਪਾਈਪ ਵੀ ਇੱਕ ਹੌਜ਼ ਪੈਪ ਵੀ ਲੀਕ ਹੋ ਜਾਵੇ ਨਾ, ਹਾਂ ਬਈ ਉਹ ਵੀ ਤੁਸੀਂ ਇੰਜਣ ਧੂੰਆਂ ਮਾਰਨ ਲੱਗ ਜਾਂਦਾ, ਗੱਡੀਆਂ 'ਚ ਤੁਸੀਂ ਦੇਖੇ ਹੋਣਗੇ ਬਹੁਤ ਗੱਡੀਆਂ ਟਰਬੋ ਵਾਲੀਆਂ ਧੂੰਆਂ ਮਾਰਦੀਆਂ ਜ਼ੋਰ ਜ਼ਾਰੀ ਲਾਉਂਦੀਆਂ, ਉਹ ਤਕਰੀਬਨ ਉਹਦਾ ਇੰਟਰਕੂਲਰ ਦਾ ਕੋਈ ਪਾਈਪ ਪੂਪ ਲੀਕ ਹੋ ਜਾਂਦਾ ਉਹਦੇ ਨਾਲ ਹੀ, ਉਹ ਇੰਨਾ ਕੁਛ ਕਰਦੀ ਵੈਸੇ ਟਰਬੋ ਮਾੜੀ ਨਹੀਂ, ਬਟ ਮਾੜੀ ਨਹੀਂ ਪਰ ਉਹ ਲਾਈ ਕਿਸੇ ਹੋਰ ਥਿਊਰੀ ਲਈ ਹੈ, ਆਪਾਂ ਜਿਹੜੀ ਥਿਊਰੀ ਆਪਾਂ ਮਤਲਬ ਹੁਣ ਉਹ ਲਾਤੀ ਵੀ ਟਰਬੋ ਲਾਤਾ ਵੀ ਇੰਜਣ ਨੂੰ, ਹੁਣ ਤਾਂ ਬੱਲਾ ਬੱਲਾ ਟਰਬੋ ਨਾਲ ਚੱਕ ਦਿਆਂਗੇ ਵੀ ਇਹ ਤਾਂ ਹੁਣ ਵੀ ਇਹ, ਕਿਉਂਕਿ ਉਹਦੀ ਪਾਵਰ ਤਾਂ ਉਹ ਇੰਜਣ ਦੀ ਵਧਾਉਂਦਾ ਹੀ ਵਧਾਉਂਦਾ ਇਹ 'ਚ ਕੋਈ ਸ਼ੱਕ ਨਹੀਂ, ਤੁਸੀਂ ਤੇਲ ਵੱਧ ਖੋਲਦੇ ਹੋ ਪਾਵਰ ਹੋਰ ਚੱਕ ਦੂਗਾ, ਹਾਂ ਬਈ, ਪਰ ਹੁਣ ਉਹਦਾ ਧੱਕਾ ਕਰੈਂਕ 'ਤੇ ਵੀ ਪੈਣਾ, ਬਿਲਕੁਲ ਬਈ, ਕਿਉਂਕਿ ਅੱਗੇ ਵੈਸੇ ਜਿਹੜਾ ਇੰਜਣ ਉਹ ਡਿਜ਼ਾਈਨ ਹੋਇਆ ਹੋਇਆ ਉਹ ਬਿਨਾਂ ਟਰਬੋ ਤੋਂ ਹੋਇਆ ਹੋਇਆ, ਬਿਲਕੁਲ ਉਹਦਾ ਧੱਕਾ ਉਨਾ ਨਹੀਂ ਪੈਂਦਾ, ਉਹਦੀ ਕੰਪਰੈਸ਼ਨ ਰੇਸ਼ੋ ਉਨੀ ਕੀ ਆ, ਹੁਣ ਇਹਦੇ ਨਾਲ ਕੰਪਰੈਸ਼ਨ ਰੇਸ਼ੋ ਕਿਉਂਕਿ ਹਵਾ ਹੀ ਜ਼ਿਆਦਾ ਆ ਗਈ ਉਹਦੇ ਵਿੱਚ ਤਾਂ ਕੰਪਰੈਸ਼ਨ ਵਧੂਗੀ ਵਧੂਗੀ, ਉਨਾ ਹੀ ਧਮਾਕਾ ਹੋਊਗਾ, ਉਨਾ ਹੀ ਉਹਨੇ ਸੱਟ ਮਾਰਨੀ ਹੈ ਕਰੈਂਕ ਦੇ ਉੱਤੇ, ਕਿਉਂਕਿ ਕਰੈਂਕ ਤਾਂ ਉਹਦੇ ਕਰਕੇ ਹੀ ਘੁੰਮਣੀ ਹੈ ਨਾ, ਬਿਲਕੁਲ, ਜਦੋਂ ਉੱਪਰੋਂ ਧੱਕਾ ਪਊਗਾ ਤਾਂ ਹੀ ਕਰੈਂਕ ਵੱਜਣੀ, ਥੱਲਿਓਂ ਘੁੰਮਣੀ ਹੈ ਅਤੇ ਉਹਨੇ ਵੀਲ ਨੂੰ ਗੇੜਨਾ, ਉਹਨੇ ਕਹਾਂ ਟਰਾਂਸਮਿਸ਼ਨ ਨੂੰ, ਹੁਣ ਉੱਧਰੋਂ ਧੱਕਾ ਮਾਰੀ ਜਾਂਦਾ ਇੰਜਣ ਪਿੱਛੇ ਵਾਲਾ, ਤਾਂ ਹੁਣ ਬਾਈ ਇਹ ਤਾਂ ਜੇ ਹੁਣ 25 ਪਾਵਰ ਦੇ ਟਰੈਕਟਰ ਨੂੰ ਲੱਗਿਆ ਹੱਦ 30 ਤੱਕ ਆ, ਅਤੇ ਮੰਨ ਲਓ 11 ਨੂੰ ਲੱਗਿਆ ਜਾਂ ਕਿਸੇ ਵੀ 50-55 ਪਾਵਰ ਦੇ ਟਰੈਕਟਰ ਨੂੰ ਲੱਗਿਆ ਤਾਂ ਇਹ ਹੱਦ 60 ਪਾਵਰ ਤੱਕ ਚੱਲੂਗਾ, ਅਤੇ ਕੰਪਨੀਆਂ ਪਾਗਲ ਥੋੜ੍ਹਾ ਬਾਈ, ਮੈਂ ਉਹੀ ਗੱਲ ਜੇ ਹੁਣ ਤੂੰ ਮੰਨ ਲਾ ਹੁਣ ਹੋਲੈਂਡ ਆ ਜੌਨ ਡੀਅਰ ਆ, ਉਹਨਾਂ ਦੀ ਆਪਦੀ ਸੈਟਿੰਗ ਆ ਉਹ ਯਾਰ ਬੇਵਕੂਫ ਆ, ਮੈਨੂੰ ਇਹ ਦਿਖਾ ਦਿਓ ਵੀ ਕਿਹੜੇ ਮਿਸਤਰੀ ਕੋਲ ਜਿਹੜਾ ਵੀ ਟਰਬੋ ਲਾਉਂਦਾ ਜਾਂ ਜਿਹੜਾ ਇੰਜਣਾਂ ਦੀ ਕਹਿੰਦਾ ਬਾਈ 75 ਪਾਵਰ ਕਰਦੀ, ਕਿਹਦੇ ਕੋਲ ਡਾਇਨਮੋਮੀਟਰ ਲੱਗਿਆ ਹੋਇਆ।